वर्षित द्वारा दौरान आप एक वचन पढ़ा दिया परमेश्वर का परमेश्वर यीशु मसीह किस तरह चाहते हैं साड़ी प्रार्थना किस तरह होनी चाहिए साड़ी आराधना किस तरह होनी चाहिए अगर तुम उस वचन के अकॉर्डिंग प्रार्थना करते हो वर्षित करते हो आराधना करते हो करते हैं आशियां तुहाड़िया तो बाइबल के लिखी हैं हालेलुया 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 असि वचन तो बाहर करते हैं सानू परमेश्वर मिल सकती यीशु मसीह ने पिता की मर्जी को पूरा किया यीशु मसीह खुदावन की मर्जी पूरा किया और परमेश्वर का सच्चा विश्वासमान आमीन आमीन हालेलुया हालेलुया और परमेश्वर ने उस नाम को छोटी दे दी यीशु नाम ने छोटी दे पावर दे दिया आज यीशु नाम में छोटे बड़े काम होते हैं उस आत्मा हस्ता दिखो दे आपकी मां चंगे दे मुर्दे जिंदा होते हैं आमीन आमीन हालेलुया 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 यीशु मसीह ने पिता की मर्जी को पूरा किया मेरे पैंट पर अगर तुम ब्लेसिंग चाहते हो आशीष चाहते हो सामने भी परमेश्वर के वचन के विचार होके खुदा के कोल बरकत लेनी चाहिए आशीष लेनी चाहिए जिस तरह वचन सब दस रहा तुम बहुत अकॉर्डिंग चल रहा कहना फिर सब बरकत मिलेगी हालेलुया 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 सही परमेश्वर को भी तुम बरकत जावांगे बुक ऑफ एक्सोडस सूचनी किताब चैप्टर 1 वर्स 8 टू 14 सूचनी किताब एक्सोडस सूचनी किताब इंग्लिश बुक ऑफ एक्सोडस चैप्टर 1 वर्स 8 टू 14 हार्ड लेकर चलो पूछनी किताब चैप्टर 1 वर्स तो मिस्र उते एक नवा राजा उठया मिस्र दे उते एक नवा राजा उठया सो तो पहले मैं दसो अपने इजरायली लोग खुदा दे लोग मिस्र च किता है पहला दसन मिस्र दे विच इजरायली लोग किस तरह आए पहला दसन हां जी यूसुफ ने जो भेज दिया दूजे देश बहुत काल पै गया फिर यूसुफ का बाप ओदे भरा ओदे कोल आए अनाज लैण वास्ते जो अनाज लैण वास्ते आए और उस मिस्र दे राजे ने देखा कि यूसुफ दे नाल परमेश्वर आ परमेश्वर दे नाल नाल चलदा पिया परमेश्वर दा हाथ ओदे द्वारा फिर परमेश्वर राजे ने की कीता मिस्र दे विच उन की प्राप्त यूसुफ नु राजा बनाता हालेलुया फिर और यूसुफ दे भरा जिन्ने भरा दा बाप सी आंदे इस तरह सब मिस्र दे विच आ गए हालेलुया ओ लोग इस्राएली लोग हालेलुया इस्राएली लोग जदों आए जदों दूजे देशां च काल पै गया सिर्फ ओदे यूसुफ सीगा ਯੂਸਫ ਨੂੰ ਦੇਖੋ ਅਨਾਸ ਲੈ ਕੇ ਯੂਸਫ ਜਿਹੜਾ ਮੇਰੇ ਭਰਾ ਮੇਰਾ ਬਾਪ ਆ ਉਹ ਸਾਡੇ ਇਸ ਤਰ੍ਹਾਂ ਸਾਰੇ ਉੱਤੇ ਆ ਗਏ ਫਿਰ ਉਹ ਸਾਰੇ ਮਾਰ ਕੇ ਫਿਰ ਉਹਨਾਂ ਕੀੜੇ ਦੇ ਬੱਚੇ ਪੈਦਾ ਹੋਏ ਫਿਰ ਉਹ ਸਾਰੇ ਮਿਸਰ ਦੇ ਵਿੱਚ ਰਹਿਣ ਲੱਗ ਪਏ ਹਾਂਜੀ ਹੁਣ ਪੜਾ ਕੇ ਆਪਾਂ ਪਵਿੱਤਰ ਵਚਨ ਤਾਂ ਮਿਸਰ ਉੱਤੇ ਇੱਕ ਨਵਾਂ ਰਾਜਾ ਉੱਠਿਆ ਜਿਹਦੇ ਮਿਸਰ ਦੇ ਵਿੱਚ ਇੱਕ ਨਵਾਂ ਰਾਜਾ ਉੱਠਿਆ ਜਿਹੜਾ ਰਾਜਾ ਯੂਸਫ ਸੀਗਾ ਉਹ ਮਰ ਗਿਆ ਉਹ ਉਹਨਾਂ ਲੋਕਾਂ ਨੂੰ ਜਾਣਦਾ ਸੀਗਾ ਕਿ ਇਹ ਖੁਦਾ ਦੇ ਲੋਕ ਆ ਇਹ ਸਾਡੇ ਲੋਕਾਂ ਨੂੰ ਪਰਮੇਸ਼ਰ ਦੀ ਮਹਿਮਾ ਅਲੱਗ ਕਰਨ ਵਾਲੇ ਲੋਕ ਆ ਬਟ ਯੂਸਫ ਕੇ ਆਪਣੇ ਸਮੇਂ ਦੇ ਅਕੋਰਡਿੰਗ ਮਰ ਗਿਆ
ਵਰਨਾ ਹਰੇਕ ਨਿਆਂ ਜਦੋਂ ਉਹਦਾ ਸਮਾਂ ਆਇਆ ਉਹ ਮਰ ਗਿਆ ਆਪਣਾ ਸਫ਼ਰ ਪੂਰਾ ਕਰ ਗਿਆ ਫਿਰ ਜਦੋਂ ਉਹ ਮਰ ਗਿਆ ਕਹਿੰਦੇ ਕਿ ਮਿਸਰ ਦੇ ਵਿੱਚ ਇੱਕ ਨਵਾਂ ਰਾਜਾ ਆਇਆ ਜਿਹੜਾ ਯੂਸਫ ਨੂੰ ਨਹੀਂ ਜਾਣਦਾ ਸੀ ਜਿਹੜਾ ਯੂਸਫ ਨੂੰ ਨਹੀਂ ਜਾਣਦਾ ਸੀ ਉਹ ਯੂਸਫ ਨੂੰ ਨਹੀਂ ਜਾਣਦਾ ਸੀਗਾ ਕਿ ਯੂਸਫ ਕਾਫੀ ਸਮੇਂ ਤੋਂ ਮਰ ਗਿਆ ਹੋਣਾ ਉਸ ਤੋਂ ਬਾਅਦ ਹੋਰ ਰਾਜਾ ਤੇ ਬਾਅਦ ਰਾਜਾ ਆਇਆ ਬਟ ਇਹ ਯੂਸਫ ਨੂੰ ਨਹੀਂ ਜਾਣਦਾ ਸੀਗਾ ਹਾਂਜੀ ਉਹ ਸਭ ਕੀ ਰਹੀ ਹੈ ਕਿਉਂ ਆਖਿਆ ਉਸਨੇ ਆਪਣੇ ਲੋਕਾਂ ਨੂੰ ਆਖਿਆ ਦੇਖੋ ਇਸਰਾਈਲੀ ਲੋਕ ਸਭ ਤੋਂ ਵਧੀਕ ਅਤੇ ਬਲਵੰਤ ਹਨ ਕਹਿੰਦਾ ਇਸਰਾਈਲੀ ਲੋਕ ਸਾਡੇ ਤੋਂ ਜ਼ਿਆਦਾ ਔਰ ਜ਼ਿਆਦਾ ਸਾਡੇ ਤੋਂ ਤਾਕਤਵਰ ਹਨ ਆਓ ਅਸੀਂ ਇਹਨਾਂ ਨਾਲ ਹਿਕਮਤ ਨਾਲ ਰੱਖੀਏ ਆਓ ਕਹਿੰਦਾ ਅਸੀਂ ਇੱਕ ਪਲਾਨ ਕਰੀਏ ਅਜਿਹਾ ਨਾ ਹੋਵੇ ਕਿ ਉਹ ਹੋਰ ਵੱਧ ਜਾਣ ਕਹਿੰਦਾ ਅਜਿਹਾ ਨਾ ਹੋਵੇ ਕਿ ਉਹ ਬਹੁਤ ਜ਼ਿਆਦਾ ਵੱਧ ਜਾਣ ਹਾਂਜੀ ਅਤੇ ਇਹ ਹੋਵੇ ਕਿ ਜਦ ਲਈ ਆ ਹੋਵੇ ਹਾਂਜੀ ਤਾਕਤਵਰ ਹਨ ਕਿਤੇ ਕਹਿੰਦਾ ਇਹ ਨਾ ਹੋਵੇ ਜੋ ਸਾਡੇ ਤੇ ਮਾੜਾ ਟਾਈਮ ਆਵੇ ਦੁਸ਼ਮਣਾਂ ਨਾਲ ਮਿਲ ਜਾਣ ਹਾਂਜੀ ਅਸੀਂ ਸਾਡੇ ਵਿਰੁੱਧ ਲੜ ਸਾਡੇ ਵਿਰੁੱਧ ਖੜੇ ਹੋ ਜਾਣ ਹਾਲੇਲੂਯਾ ਹਾਲੇਲੂਯਾ ਉਹ ਰਾਜਾ ਡਰ ਗਿਆ ਉਹਨੇ ਤਾਕਤ ਨੂੰ ਦੇਖ ਕੇ ਉਹਨਾਂ ਦੇ ਜ਼ੁਲਮ ਦੇਖ ਕੇ ਉਹਨਾਂ ਨੂੰ ਇੱਕ ਮਨ ਉੱਤੇ ਦੇਖ ਕੇ ਡਰ ਗਿਆ ਕਹਿੰਦਾ ਕਿਤੇ ਇਹ ਨਾ ਹੋਵੇ ਕਿ ਜਦੋਂ ਸਾਡੇ ਤੇ ਮਾੜਾ ਟਾਈਮ ਆਵੇ ਕਿ ਸਾਡੇ ਦੁਸ਼ਮਣਾਂ ਨਾਲ ਇੱਕ ਮਨ ਹੋ ਜਾਏ ਇੱਕ ਮਨ ਹੋ ਕੇ ਸਾਡਾ ਨਾਸ਼ ਕਰਨ ਹਾਲੇਲੂਯਾ ਹਾਂਜੀ ਫਿਰ ਇਹ ਦੇਸ਼ ਤੋਂ ਉਤਾਹਾਂ ਨੂੰ ਚਲੇ ਜਾਣ ਤਾਂ ਉਸ ਨੂੰ ਉਹਨਾਂ ਦੇ ਉੱਪਰ ਬਿਗਾਰੀਆਂ ਦੇ ਕੋਲੇ ਉੱਤੇ ਰਹੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਭਾਰਾ ਦਾ ਦੇਸ਼ ਕਰਨ ਅਤੇ ਉਹਨਾਂ ਬਣਾਉਣ ਦੇ ਪਿੱਛੋਂ ਅਤੇ ਰਾਮ ਦੇਸ਼ ਵਿਕਾਰ ਦੇ ਨਜ਼ਰ ਬਣਾਏ ਪਰ ਜਿੰਨਾ ਉਹ ਜਿੰਨਾਂ ਨੂੰ ਦੇਸ਼ ਕਰਦੇ ਸਨ ਉਹ ਉਹਨਾਂ ਹੀ ਵਾਪਰੇ ਆਪਣੇ ਫੈਲਦੇ ਜਾਂਦੇ ਸਨ ਫਿਰ ਉਹਨਾਂ ਨੇ ਆਪਣੇ ਲੋਕਾਂ ਨੂੰ ਚਲਾਇਆ ਇਹਨਾਂ ਲੋਕਾਂ ਤੇ ਅੱਤਿਆਚਾਰ ਕਰਨ ਉਪਰੰਤ ਮਿਸਰੀ ਦੀ ਜਿਹੜੇ ਮਿਸਰ ਦੇ ਲੋਕ ਸੀ ਇਸਰਾਇਲੀਆਂ ਦੇ ਕੋਲ ਬੜੀ ਜਦੋਂ ਇਸਰਾਇਲੀ ਲੋਕ ਕੰਮ ਕਰਦੇ ਸੀਗੇ ਉਹ ਲੋਕਾਂ ਨੇ ਮਿਸਰ ਦੇ ਲੋਕਾਂ ਨੇ ਬੜਾ ਦੁਖੀ ਕੀਤਾ ਉਹ ਇੱਟਾਂ ਹੁੰਦੇ ਸੀਗੇ ਕਾਲੇ ਦੀਆਂ ਇੱਟਾਂ ਹੁੰਦੇ ਸੀਗੇ ਬਟ ਉਹਨਾਂ ਨੂੰ ਬਹੁਤ ਦੁਖੀ ਕੀਤਾ ਉਹਦੇ ਛੇਂਡੇ ਮਾਰ ਮਾਰ ਕੇ ਉਹਨਾਂ ਬੁਰਾ ਹਾਲ ਬਹੁਤ ਦੁਖੀ ਕਰ ਕਰਕੇ ਉਹਨਾਂ ਨੂੰ ਕੰਮ ਲੈਂਦੇ ਸੀਗੇ ਉਹਨਾਂ ਦਾ ਜੀਣਾ ਦੁਸ਼ਵਾਰ ਕਰ ਦਿੱਤਾ ਸੀ ਉਹਨਾਂ ਨੇ ਹਾਲੇਲੂਯਾ ਹਾਲੇਲੂਯਾ ਮਿਸਰ ਦੇ ਲੋਕਾਂ ਨੇ ਇਸਰਾਇਲੀਆਂ ਦਾ ਜੀਣਾ ਦੁਸ਼ਵਾਰ ਕਰਤਾ ਸੀਗਾ ਪਰ ਰਾਜੇ ਨੇ ਕਿਹਾ ਸੀਗਾ ਕਿ ਰਾਜਾ ਡਰ ਗਿਆ ਸੀਗਾ ਕਿ ਉਹ ਲੋਕ ਬਹੁਤ ਜ਼ਿਆਦਾ ਆ ਉਹ ਸਾਡੇ ਲੋਕਾਂ ਤੋਂ ਜ਼ਿਆਦਾ ਹੁੰਦੇ ਸਾਰ ਅਤੇ ਸਾਡੇ 'ਤੇ ਹੈਵੀ ਨਾ ਹੋ ਜਾਏ ਇਸ ਲਈ ਰਾਜੇ ਨੇ ਉਹਨਾਂ ਨੂੰ ਆਪਣੇ ਲੋਕਾਂ ਨੂੰ ਕਿਹਾ ਕਿ ਇਹਨਾਂ ਦੁਖੀ ਕਰੋ ਇਹਨਾਂ ਸਤਾਓ ਹਾਂਜੀ ਜਿਹੜੀ ਟੈਰ ਉਹਨਾਂ ਤੋਂ ਕਰਾਉਂਦੇ ਸਨ ਉਹ ਕਰਡਾਈ ਨਾਲ ਸੀ ਜਿਹੜੀ ਜਿਹੜਾ ਵੀ ਕੰਮ ਉੱਥੋਂ ਕਰਾਉਂਦੇ ਸੀ ਉਹਨਾਂ ਲੋਕਾਂ ਤੋਂ ਖੁੱਲ੍ਹੇ ਸੀਗੇ ਬਹੁਤ ਔਖਾ ਸੀਗੇ ਉਹ ਬਹੁਤ ਕੁੱਟ ਮਾਰ ਕਰਕੇ ਉਹਨਾਂ ਕੰਮ ਕਰਾਉਂਦੇ ਸੀਗੇ ਤਾਂ ਮਿਸਰ ਦੀ ਰਾਜਾ ਦੀ ਪ੍ਰਾਣੀ ਪਾਈਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਵਿਸ਼ਾ ਅਤੇ ਦੂਜੀ ਦਾ ਨਾਮ ਕੁਆ ਸੀ ਆਖਿਆ ਕਿਆ ਇਕਰਾਨਾ ਲਈ ਤੁਸੀਂ ਰਾਈ ਉਹਨਾਂ ਨਾਲੀਆਂ ਹੋ ਹਰ ਤੁਸੀਂ ਉਹਨਾਂ ਨੂੰ ਜੋਰ ਦੇ ਪੀੜੇ ਉੱਤੇ ਵੇਖਦੀਆਂ ਹੋ ਚਨੌਰ ਦੇ ਪੀੜੇ ਉੱਤੇ ਵੇਖਦੀਆਂ ਹੋ ਤਾਂ ਜੇਕਰ ਉਹ ਪੁੱਤਰ ਹੋਵੇ ਉਸ ਨੂੰ ਮਾਫ਼ ਰੱਖੋ ਪਰ ਜੇਕਰ ਠੀਕ ਹੋਵੇ ਤਾਂ ਉਹ ਜਿਉਂਦੀ ਰਹੇ ਹਾਲੇਲੂਯਾ ਹਾਲੇਲੂਯਾ ਪਰਮੇਸ਼ਰ ਉਸ ਯਾਰ ਰਾਜਾ ਸੀ ਉਹਨੇ ਫਿਰ ਕਿਹਾ ਕਹਿੰਦਾ ਮਿਸਰ ਦੇ ਵਿੱਚ ਸਟੈਂਡਿੰਗ ਦੇ ਕਨਾਵੇ ਜਾਓ ਅਗਰ ਉਹਨਾਂ ਦੇ ਬੇਟੇ ਹੋਣ ਉਹਨਾਂ ਨੂੰ ਮਾਰ ਦਿਓ ਤਾਂ ਅਗਰ ਧੀਆਂ ਹੋਣ ਤਾਂ ਉਹਨਾਂ ਨੂੰ ਰੱਖ ਲਓ ਕਿਉਂਕਿ ਉਹ ਜਾਣਦਾ ਸੀ ਪਾਵਰ ਵੱਧਦੀ ਜਾ ਰਹੀ ਆ ਇਸ ਤਰ੍ਹਾਂ ਦੇ ਲੋਕ ਵੱਧਦੇ ਜਾ ਰਹੇ ਉਹਨਾਂ ਪਾਵਰ ਵੱਧਦੀ ਜਾ ਰਹੀ ਆ ਉਹ ਰਾਜ ਨੇ ਕਿਹਾ ਕਹਿੰਦੇ ਅਗਰ ਉਹਨਾਂ ਦੇ ਘਰ ਬੇਟੇ ਹੋਣ ਉਹਨਾਂ ਨੂੰ ਮਾਰ ਦਿਓ ਅਗਰ ਬੇਟੀਆਂ ਹੋਣ ਉਹਨਾਂ ਨੂੰ ਰੱਖ ਲਓ ਹਾਲੇਲੂਯਾ ਹਾਲੇਲੂਯਾ ਅਗਲਾ ਚੈਪਟਰ ਪੜ੍ਹਾਂਗੇ ਚੈਪਟਰ 2 ਉਸਦੀ ਕਿਤਾਬ ਚੈਪਟਰ 2 ਵਰਸ 22 ਤੋਂ 25 ਜਦੋਂ ਉਹਨਾਂ ਦੇ ਅਤਿਆਚਾਰ ਮਿਸਰ
ਕੰਮ ਕਰਨ ਲੱਗੇ, ਉਹਨੂੰ ਦੁਖੀ ਕਰਨ ਲੱਗੇ, ਉਹਨਾਂ ਦਾ ਕੰਮ ਕਰਨਾ ਦੁਖੀ ਕਰਦਾ, ਕੰਮ ਵੀ ਕਰਦੇ ਸੀਗੇ ਪਰ ਫਿਰ ਵੀ ਉਹਨਾਂ ਨੂੰ ਦੁਖੀ ਕਰਦੇ ਸੀਗੇ, ਫਿਰ ਉਹਨਾਂ ਨੇ ਹੋਕੇ ਲਏ। ਹਾਂਜੀ, ਅਤੇ ਤਾਹਾਂ ਮਾਰ ਮਾਰ ਕੇ ਰੋਏ, ਤਾਹਾਂ ਮਾਰ ਮਾਰ ਕੇ ਰੋਏ, ਪਰਮੇਸ਼ਵਰ ਦੇ ਅੱਗੇ ਤਾਹਾਂ ਮਾਰ ਮਾਰ ਕੇ ਰੋਏ। ਹਾਂਜੀ, ਅਤੇ ਇਹਨਾਂ ਦੀ ਦੁਹਾਈ ਜੋ ਗੁਲਾਮੀ ਦੇ ਕਾਰਨ ਸੀ ਪਰਮੇਸ਼ਵਰ ਦੀ ਆਪਣੀ, ਕਹਿੰਦੇ ਇਹਨਾਂ ਦੀ ਜਿਹੜੀ ਦੁਹਾਈ ਗੁਲਾਮੀ ਦੇ ਕਾਰਨ ਸੀ ਪਰਮੇਸ਼ਵਰ ਤੱਕ ਪਹੁੰਚੀ। ਹਾਲੇਲੂਯਾ 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 ਹਾਲੇਲੂਯਾ। ਇਸਰਾਇਲ ਦੇ ਲੋਕਾਂ ਦੀ ਜਿਹੜੀ ਪਰਮੇਸ਼ਵਰ ਦੇ ਕੇ ਦੁਹਾਈ ਸੀ ਉਹ ਗੁਲਾਮੀ ਦੇ ਕਰਕੇ ਸੀਗੀ, ਕੰਮ ਤਾਂ ਕਰਦੇ ਸੀਗੇ ਗੁਲਾਮੀ ਕਰਦੇ ਸੀਗੇ, ਪਰ ਉਹ ਲੋਕ ਮਿਸਰ ਲੋਕਾਂ ਦੇ ਬਹੁਤ ਅਤਿਆਚਾਰ ਕਰਦੇ ਸੀਗੇ, ਕਿ ਉਹਨਾਂ ਨੇ ਪਰਮੇਸ਼ਵਰ ਦੇ ਕੇ ਦੁਹਾਈ ਦਿੱਤੀ। ਹਾਂਜੀ, ਤਾਂ ਪਰਮੇਸ਼ਵਰ ਨੇ ਉਹਨਾਂ ਦੀ ਰੂਹ ਸੁਣੀ, ਪਰਮੇਸ਼ਵਰ ਨੇ ਉਹਨਾਂ ਲੋਕਾਂ ਦੀ ਆਵਾਜ਼ ਨੂੰ ਸੁਣਿਆ। ਹਾਲੇਲੂਯਾ 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 ਹਾਲੇਲੂਯਾ। ਪਰਮੇਸ਼ਵਰ ਨੇ ਉਹਨਾਂ ਲੋਕਾਂ ਦੀ ਆਵਾਜ਼ ਨੂੰ, ਉਹਨਾਂ ਲੋਕਾਂ ਦੇ ਰੋਣੇ ਨੂੰ ਸੁਣਿਆ। ਹਾਂਜੀ, ਅਤੇ ਪਰਮੇਸ਼ਵਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਮ ਇਸਹਾਕ ਅਤੇ ਯਾਕੂਬ ਦੇ ਨਾਲ ਸੀ ਇੱਥੇ ਕੀਤਾ। ਪਰਮੇਸ਼ਵਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਮ ਇਸਹਾਕ ਅਤੇ ਯਾਕੂਬ ਦੇ ਨਾਲ ਪਰਮੇਸ਼ਵਰ ਬੰਨਿਆ ਸੀ ਉਹਨੂੰ ਯਾਦ ਕੀਤਾ। ਹਾਲੇਲੂਯਾ ਹਾਲੇਲੂਯਾ। ਇਬਰਾਹਿਮ ਇਸਹਾਕ ਯਾਕੂਬ ਦੇ ਇਹ ਬੰਦੇ ਧਰਮੀ ਸੀਗੇ, ਖੁਦਾ ਦੇ ਲੋਕ ਸੀਗੇ। ਪਰਮੇਸ਼ਵਰ ਜੋ ਇਹਨਾਂ ਨੂੰ ਨੇਮ ਮਿਲਿਆ ਸੀਗਾ, ਪਰਮੇਸ਼ਵਰ ਨੇ ਇਹਨਾਂ ਦੇ ਜੋ ਨੇਮ ਮਿਲਿਆ ਸੀਗਾ ਉਹਨੂੰ ਯਾਦ ਕੀਤਾ। ਹਾਂਜੀ, ਤਾਂ ਪਰਮੇਸ਼ਵਰ ਨੇ ਇਸਰਾਇਲੀਆਂ ਵੱਲ ਨਿਗਾਹ ਕੀਤੀ, ਫਿਰ ਪਰਮੇਸ਼ਵਰ ਨੇ ਇਸਰਾਇਲੀਆਂ ਦੇ ਵੱਲ ਨਿਗਾਹ ਕੀਤੀ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਇਬਰਾਹਿਮ ਇਸਹਾਕ ਯਾਕੂਬ ਦੇ ਦੁਆਰਾ ਪਰਮੇਸ਼ਵਰ ਨੇ ਉਹਨਾਂ ਲੋਕਾਂ ਬਲੈਸ ਬਲੈਸ ਕੀਤਾ, ਇਸਰਾਇਲ ਲੋਕਾਂ ਦੇ ਉੱਤੇ ਨਿਗਾਹ ਕੀਤੀ। ਅੱਜ ਖੁਦਾ ਸਾਡੀ ਆਵਾਜ਼ ਵਾਲੀ ਪ੍ਰਾਰਥਨਾ ਸੁਣਦੇ ਹਾਂ ਉਸ ਦਾ ਯਿਸੂ ਮਸੀਹ ਦੇ। ਹਾਲੇਲੂਯਾ ਹਾਲੇਲੂਯਾ। ਅਸੀਂ ਬਹੁਤੇ ਧਰਮੀ ਨਹੀਂ ਹਾਂ, ਬਹੁਤੇ ਚੰਗੇ ਨਹੀਂ ਹਾਂ, ਜੋ ਸਾਡੇ ਤੇ ਦਇਆ ਹੋ ਰਹੀ ਹੈ, ਸਾਡੇ ਸਾਹ ਆ ਜਾ ਰਹੇ ਆ ਉਸ ਦਾ ਯਿਸੂ ਮਸੀਹ ਦੇ, ਕਿ ਯਿਸੂ ਮਸੀਹ ਨੇ ਪਾਪਾਂ ਦਾ ਪ੍ਰਾਇਸ਼ ਕੀਤਾ। ਆਮੀਨ ਆਮੀਨ। ਹਾਲੇਲੂਯਾ 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 ਹਾਲੇਲੂਯਾ। ਅਸੀਂ ਪਰਮੇਸ਼ਵਰ ਦੀ ਉਹਨਾਂ ਦੀ ਖਬਰ ਨਹੀਂ, ਪਰਮੇਸ਼ਵਰ ਨੇ ਉਹਨਾਂ ਦੀ ਖਬਰ ਨਹੀਂ। ਹਾਲੇਲੂਯਾ ਹਾਲੇਲੂਯਾ। ਅਗਲਾ ਬੱਚਾ ਜਾਵਾਂਗੇ, ਪੂਛਦੀ ਕਿਤਾਬ 15 ਬਾਬ। Book of Exodus chapter 15 verse 22 to 26. ਮੂਸਾ ਨੇ ਇਸਰਾਇਲ ਨੂੰ ਲਾਲ ਸਮੁੰਦਰ ਤੋਂ ਤੋੜ ਦਿੱਤਾ। ਮੂਸਾ ਨੇ ਇਸਰਾਇਲੀਆਂ ਨੂੰ ਲਾਲ ਸਮੁੰਦਰ ਤੋਂ ਤੋੜ ਦਿੱਤਾ। ਜਦੋਂ ਪਰਮੇਸ਼ਵਰ ਨੇ ਇਸਰਾਇਲੀ ਲੋਕਾਂ ਦਾ ਰੋਣਾ ਸੁਣਿਆ, ਉਹਨਾਂ ਦਾ ਕਸ਼ਟ ਨੂੰ ਦੇਖਿਆ, ਕਿ ਪਰਮੇਸ਼ਵਰ ਆਪਣੇ ਬੰਦੇ ਜਿੰਨਾ ਮੂਸਾ ਨੂੰ ਸੁਣਿਆ ਔਰ ਪਰਮੇਸ਼ਵਰ ਨੇ ਮੂਸਾ ਨੂੰ ਇਸਤੇਮਾਲ ਕੀਤਾ ਇਸਰਾਇਲੀਆਂ ਲੋਕਾਂ ਨੂੰ ਮਿਸਰ ਦੀ ਗੁਲਾਮੀ ਤੋਂ ਬਾਹਰ ਕੱਢਣ ਲਈ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਇਸਰਾਇਲੀਆਂ ਲੋਕਾਂ ਨੂੰ ਮਿਸਰ ਦੇ ਵਿੱਚੋਂ ਬਾਹਰ ਕੱਢ ਕੇ ਦੇਖ ਰਿਹਾ ਹੈ। ਪਰਮੇਸ਼ਵਰ ਲੈ ਕੇ ਪਰਮੇਸ਼ਵਰ ਇਸਰਾਇਲੀਆਂ ਲੋਕਾਂ ਨੂੰ ਮਿਸਰ ਦੀ ਗੁਲਾਮੀ ਚੋਂ ਬਾਹਰ ਕੱਢ ਕੇ ਲੈ ਗਏ। ਹਾਲੇਲੂਯਾ ਹਾਲੇਲੂਯਾ। ਮੂਸਾ ਡਰਦਾ ਸੀਗਾ, ਡਰਦਾ ਹੋਇਆ ਉਹ ਸ਼ਹਿਰ ਛੱਡ ਕੇ ਨੱਠ ਗਿਆ। ਹਾਲੇਲੂਯਾ ਹਾਲੇਲੂਯਾ। ਉਸ ਸ਼ਹਿਰ ਨੂੰ ਛੱਡ ਕੇ ਨੱਠ ਗਿਆ ਕਿਉਂਕਿ ਉਹ ਡਰਦਾ ਸੀ, ਕਹਿੰਦਾ ਪਰਮੇਸ਼ਵਰ ਮੇਰੀ ਜ਼ੁਬਾਨ ਮੋਟੀ ਆ, ਮੇਰੇ ਲਈ ਸਾਡਾ ਕਹਿੰਦਾ ਰਾਜਾ ਫਿਰੌਨ ਕਹਿੰਦਾ ਮੈਨੂੰ ਉਹਨੇ ਛੱਡਣਾ ਹੈਗਾ, ਪਰ ਪਰਮੇਸ਼ਵਰ ਤੂੰ ਹੀ ਕਰੇਗਾ, ਮੈਂ ਤੇ ਨਾਲ ਹੋਵਾਂਗਾ। ਹਾਲੇਲੂਯਾ 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 ਹਾਲੇਲੂਯਾ। ਪਰਮੇਸ਼ਵਰ ਉਹਦੇ ਨਾਲ ਸੀਗੇ, ਪਰਮੇਸ਼ਵਰ ਨੇ ਇਸਰਾਇਲ ਲੋਕਾਂ ਨੂੰ ਮਿਸਰ ਦੀ ਗੁਲਾਮੀ ਚੋਂ ਬਾਹਰ ਕੱਢਿਆ, ਸਿਰਫ ਵਸੀਲਾ ਬਣਾਇਆ ਮੂਸਾ। ਹਾਲੇਲੂਯਾ ਹਾਲੇਲੂਯਾ। ਮੂਸਾ ਨੇ ਕੱਢ ਕੇ ਲਿਆ, ਪਰਮੇਸ਼ਵਰ ਲੈ ਕੇ ਆਇਆ। ਹਾਲੇਲੂਯਾ ਹਾਲੇਲੂਯਾ। ਵਚਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਮੇਰੇ ਲੋਕ ਬਿਨਾ ਗਿਆਨ ਤੋਂ ਨਾਸ਼ ਹੋ ਰਿਹਾ। ਹਾਲੇਲੂਯਾ ਹਾਲੇਲੂਯਾ। ਯੂ ਸਿਰਫ ਪਰਮੇਸ਼ਵਰ ਆਪਣੇ ਲੋਕਾਂ ਨੂੰ ਕਰਦਾ, ਖੁਦਾ ਆਪਣੇ ਦਾਸਾਂ ਨੂੰ ਇਸਤੇਮਾਲ ਕਰਦਾ, ਲੋਕਾਂ ਨੂੰ ਚੰਗਾ ਕਰਨ ਲਈ ਨਹੀਂ ਕਿ ਲੋਕ ਚੰਗੇ ਹੋ ਰਿਹਾ, ਖੁਦਾ ਦੇ ਦਾਸ ਚੰਗਾ ਕੀਤਾ, ਚੰਗਾ ਯਿਸੂ ਮਸੀਹ ਕਰਦੇ ਆ। ਹਾਲੇਲੂਯਾ 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 ਹਾਲੇਲੂਯਾ। ਤੁਸੀਂ ਕਹੋ ਕਿ ਆਓ ਮੈਨੂੰ ਉਸ ਪਾਸਟਰ ਚੰਗਾ ਕੀਤਾ, ਮੈਨੂੰ ਉਸ ਪਾਸਟਰ ਚੰਗਾ ਕੀਤਾ, ਯੂ ਆਰ ਰੋਂਗ, ਤੁਸੀਂ ਗਲਤ ਹੋ ਜਗ੍ਹਾ ਤੇ। ਯਿਸੂ ਮਸੀਹ ਕਰਨ ਵਾਲੀ ਪਰਮੇਸ਼ਵਰ ਆ। ਹਾਲੇਲੂਯਾ 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 ਹਾਲੇਲੂਯਾ। ਜਦੋਂ ਮੂਸਾ ਇਸਰਾਇਲੀ ਲੋਕਾਂ ਨੂੰ ਲਾਲ ਸਮੁੰਦਰ ਤੋਂ ਪਾਰ ਕੀਤਾ ਉਹਨੇ, ਹਾਂਜੀ, ਉਹ ਸ਼ੂਰ ਦੀ ਉਜਾੜ ਨੂੰ ਨਿਕਲੇ, ਹਾਂ, ਅਤੇ 3 ਦਿਨ ਉਜਾੜ ਦੀ ਵਿੱਚ ਦੀ ਤੁਰ ਗਏ। ਕਹਿੰਦੇ ਉਹ ਉਜਾੜ ਦੇ ਵਿੱਚੋਂ ਨਿਕਲੇ ਔਰ 3 ਦਿਨ ਉਜਾੜ ਦੇ ਵਿੱਚ ਰਹੇ, ਪਰ ਉਹਨਾਂ ਨੂੰ ਪਾਣੀ ਨਾ ਲੱਭਾ, ਉਹਨਾਂ ਲੋਕਾਂ ਨੂੰ ਪਾਣੀ ਨਹੀਂ ਲੱਭਾ। ਉਹਨਾਂ ਨੂੰ ਪਰਮੇਸ਼ਵਰ ਮੂਸਾ ਦੁਆਰਾ ਇਸਰਾਇਲ ਲੋਕਾਂ ਨੂੰ ਬਾਹਰ ਲੈ ਕੇ ਆਏ, ਫਿਰ ਉਹ ਉਜਾੜ ਦੇ ਵਿੱਚ 3 ਦਿਨ ਰਹੇ, ਪਰ ਉਹਨਾਂ ਨੂੰ ਪਾਣੀ ਨਹੀਂ ਲੱਭਾ। ਹਾਂਜੀ, ਜਦੋਂ ਮਾਰਾ ਨੂੰ ਆਏ ਜਦੋਂ ਮਾਰਾ ਨੂੰ ਆਏ ਤਾਂ ਉਹ ਮਾਰਾ ਦਾ ਪਾਣੀ ਪੀ
ਪਾਣੀ ਨਾ ਪੀ ਸਕੇ। ਮਹਾਰਾਜ ਦਾ ਪਾਣੀ ਜਦੋਂ ਮਹਾਰਾਜ ਦੇ ਪਿੰਡ ਵਿੱਚ ਆਏ, ਉਸ ਵਿੱਚ ਆਏ, ਉਹ ਪਾਣੀ ਪੀ ਨਾ ਸਕੇ ਕਿਉਂਕਿ ਉਹ ਕੌੜਾ ਸੀ, ਉਹ ਪਾਣੀ ਬਹੁਤ ਕੌੜਾ ਸੀ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਉਹ ਜੰਗਲ ਦੇ ਸੀਗੇ ਜਦੋਂ ਮਹਾਰਾਜ ਦੇ ਵਿੱਚ ਆਏ, ਏਰੀਆ ਦੇ ਵਿੱਚ ਆਏ, ਉੱਥੇ ਪਾਣੀ ਸੀਗਾ, ਬਟ ਉਹ ਪਾਣੀ ਬਹੁਤ ਹੀ ਕੌੜਾ ਸੀਗਾ, ਪੀਣ ਦੇ ਯੋਗ ਨਹੀਂ ਸੀਗਾ। ਹਾਂਜੀ, ਇਸ ਲਈ ਉਹਦਾ ਨਾਮ ਮਾਰਾ ਪੈ ਗਿਆ। ਇਸ ਲਈ ਉਹਦਾ ਨਾਮ ਹੀ ਮਾਰਾ ਪੈ ਗਿਆ। ਉਪਰੰਤ ਪਰਜਾ ਮੂਸਾ ਦੇ ਵਿਰੁੱਧ ਬੁੜਬੁੜਾਉਣ ਲੱਗੀ। ਉਹ ਲੋਕ ਮੂਸਾ ਦੇ ਵਿਰੁੱਧ ਬੁੜਬੁੜਾਉਣ ਲੱਗੇ ਕਿ ਅਸੀਂ ਕੀ ਪੀਏ, ਅਸੀਂ ਕੀ ਪੀਏ। ਤਾਂ ਉਸਨੇ ਯਹੋਵਾ ਕੇ ਦੁਆਈ ਦਿੱਤੀ। ਫਿਰ ਮੂਸਾ ਨੇ ਯਹੋਵਾ ਪਰਮੇਸ਼ਰ ਕੇ ਦੁਆਈ ਦਿੱਤੀ। ਤਾਂ ਯਹੋਵਾ ਨੇ ਉਸ ਨੂੰ ਇੱਕ ਬਿਰਛ ਵਿਖਾਇਆ। ਫਿਰ ਯਹੋਵਾ ਪਰਮੇਸ਼ਰ ਮੂਸਾ ਨੇ ਇੱਕ ਦਰਖਤ ਦਿਖਾਇਆ। ਉਸਨੇ ਉਹਨੂੰ ਪਾਣੀ ਵਿੱਚ ਸੁੱਟਿਆ। ਯਹੋਵਾ ਪਰਮੇਸ਼ਰ ਨੇ ਮੂਸਾ ਨੇ ਇੱਕ ਦਰਖਤ ਦਿਖਾਇਆ ਔਰ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਇਸ ਦਰਖਤ ਨੂੰ ਪਾਣੀ ਵਿੱਚ ਸੁੱਟ ਦੇ। ਫਿਰ ਮੂਸਾ ਨੇ ਪਰਮੇਸ਼ਰ ਦੇ ਕਹਿਣ ਦੇ ਅਨੁਸਾਰ ਉਸ ਪੇੜ ਨੂੰ ਪਾਣੀ ਵਿੱਚ ਸੁੱਟ ਦਿੱਤਾ। ਹਾਂਜੀ, ਪਾਣੀ ਮਿੱਠਾ ਹੋ ਗਿਆ। ਤਾਂ ਪਾਣੀ ਮਿੱਠਾ ਹੋ ਗਿਆ। ਹਾਲੇਲੂਯਾ 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 ਹਾਲੇਲੂਯਾ। ਜਦੋਂ ਪਰਮੇਸ਼ਰ ਦੇ ਹੁਕਮ ਦੇ ਅਕੋਰਡਿੰਗ ਮੂਸਾ ਨੇ ਕੀਤਾ, ਫਿਰ ਪਾਣੀ ਮਿੱਠਾ ਹੋ ਗਿਆ, ਪੀਣ ਦੇ ਯੋਗ ਹੋ ਗਿਆ। ਹਾਲੇਲੂਯਾ ਹਾਲੇਲੂਯਾ। ਹਾਂਜੀ, ਪਰਮੇਸ਼ਰ ਨੇ ਲੋਕਾਂ ਨੂੰ ਪਰਖ ਲਿਆ। ਪਰਮੇਸ਼ਰ ਨੇ ਆਖਿਆ, ਜੇ ਤੁਸੀਂ ਰੀਸ ਨਾਲ ਯਹੋਵਾ ਆਪਣੀ ਪਰਮੇਸ਼ਰ ਦੀ ਆਵਾਜ਼ ਸੁਣੋਗੇ, ਜੇ ਤੁਸੀਂ ਰੀਸ ਦੇ ਨਾਲ ਆਪਣੇ ਯਹੋਵਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋਗੇ, ਔਰ ਜਿਹੜਾ ਉਹਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ, ਜੋ ਉਹਦੀਆਂ ਅੱਖਾਂ ਦੇ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ, ਔਰ ਉਹਦੇ ਹੁਕਮਾਂ ਉੱਤੇ ਕੰਨ ਲਾਓਗੇ, ਉਹਦੇ ਹੁਕਮਾਂ ਦੇ ਉੱਤੇ ਕੰਨ ਲਾਓਗੇ, ਪਰਮੇਸ਼ਰ ਨੇ ਕਿਹਾ, ਕਹਿੰਦੇ ਤੁਸੀਂ ਰੀਸ ਨਾਲ ਆਪਣੇ ਯਹੋਵਾ ਪਰਮੇਸ਼ਰ ਦੀ ਆਵਾਜ਼ ਸੁਣੋ। ਰੀਸ ਨਾਲ, ਦੁਖੀ ਮਨ ਦੇ ਨਾਲ ਨਹੀਂ, ਖੁਸ਼ੀ ਦੇ ਨਾਲ ਪਰਮੇਸ਼ਰ ਦੇ ਵਚਨ ਸੁਣੋ। ਪਰਮੇਸ਼ਰ ਦਾ ਵਚਨ, ਪਰਮੇਸ਼ਰ ਦੀ ਆਵਾਜ਼। ਹਾਲੇਲੂਯਾ ਹਾਲੇਲੂਯਾ। ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਰ ਸੰਗ ਸੀ, ਉਹ ਸ਼ਬਦ ਹੀ ਪਰਮੇਸ਼ਰ ਸੀ, ਇਹ ਸ਼ਬਦ ਪਰਮੇਸ਼ਰ ਆ। ਪਰਮੇਸ਼ਰ, ਤੁਸੀਂ ਰੀਸ ਦੇ ਨਾਲ ਆਪਣੇ ਯਹੋਵਾ ਪਰਮੇਸ਼ਰ ਦੀ ਆਵਾਜ਼ ਸੁਣੋ ਤੇ ਕਹਿੰਦਾ ਉਹ ਕੰਮ ਕਰੋ ਜੋ ਪਰਮੇਸ਼ਰ ਨਜ਼ਰ ਵਿੱਚ ਚੰਗੇ ਆ। ਹਾਲੇਲੂਯਾ ਹਾਲੇਲੂਯਾ। ਪਰਮੇਸ਼ਰ ਨਜ਼ਰ ਵਿੱਚ ਚੰਗਾ ਕੀ ਆ? ਉਹਦੀ ਮਹਿਮਾ ਕਰਨੀ, ਉਹਦੀ ਅਰਾਧਨਾ ਕਰਨੀ, ਉਹਦੀ ਹਮਦੋਸਤਨਾ ਕਰਨੀ, ਉਹਦੀ ਸੰਗਤੀ ਵਿੱਚ ਰਹਿਣਾ। ਕਹਿੰਦੇ ਉਹ ਕੰਮ ਕਰੋ ਜੋ ਪਰਮੇਸ਼ਰ ਨਜ਼ਰ ਵਿੱਚ ਚੰਗੇ ਆ, ਤੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ, ਉਹ ਕੰਮ ਕਰਦੇ ਰਹੋ ਜੋ ਪਰਮੇਸ਼ਰ ਮਨ ਭਾਉਂਦੇ ਆ। ਹਾਲੇਲੂਯਾ ਹਾਲੇਲੂਯਾ। ਕਹਿੰਦੇ ਉਹ ਕੰਮ ਕਰਦੇ ਰਹੋ, ਉਹਦੇ ਹੁਕਮਾਂ ਦੇ ਅਨੁਸਾਰ ਚਲੋ, ਉਹਦੇ ਹੁਕਮਾਂ ਨੂੰ ਮੰਨੋ। ਹਾਲੇਲੂਯਾ ਹਾਲੇਲੂਯਾ। ਪਰਮੇਸ਼ਰ ਨੇ ਹੁਕਮ ਦਿੱਤੇ ਕਿ ਸਾਰੇ ਲੋਕਾਂ ਨੂੰ, ਪਰਮੇਸ਼ਰ ਨੇ ਇਹਨਾਂ ਲੋਕਾਂ ਨੂੰ ਹੁਕਮ ਦਿੱਤੇ ਕਿ ਇਸ ਤਰ੍ਹਾਂ ਤੁਸੀਂ ਮੇਰੇ ਵਿੱਚ ਚੱਲਣਾ, ਫਿਰ ਤੁਹਾਨੂੰ ਮੈਂ ਆਸ਼ੀਸ਼, ਤੁਹਾਨੂੰ ਬਰਕਤ ਦੇਵਾਂਗਾ। ਪਰ ਇਸਰਾਇਲੀ ਲੋਕਾਂ ਨੇ ਕੀ ਕੀਤਾ? ਅੱਗੇ ਪਾ, ਅਗਲੇ ਵਚਨ ਵਿੱਚ ਜਾਵਾਂਗੇ। ਬੁੱਕ ਆਫ ਜਜਸ, ਨਹੀਂ ਦਾ ਖਤ, ਚੈਪਟਰ 6 ਵਰਸ 1, ਨਹੀਂ ਦਾ ਖਤ, ਪੁਰਾਣੇ ਨੇਮ ਦੇ ਵਿੱਚ 7ਵੀਂ ਕਿਤਾਬ, ਨਹੀਂ ਦਾ ਖਤ, ਬੁੱਕ ਆਫ ਜਜਸ ਚੈਪਟਰ 6 ਵਰਸ 1-10। ਹਾਲੇਲੂਯਾ ਹਾਲੇਲੂਯਾ। ਹਾਂਜੀ, ਨਹੀਂ ਜੇ ਬਾਪ ਵਰਸ 1-10। ਇਸਰਾਇਲੀਆ ਨੇ ਯਹੋਵਾ ਦੇ ਅੱਗੇ ਬੁਰਾਈ ਕੀਤੀ। ਪਰਮੇਸ਼ਰ ਨੇ ਉਹਨਾਂ ਨੂੰ ਹੁਕਮ ਦਿੱਤਾ, ਜਦੋਂ ਖੁਦਾ ਆਪਣੇ ਬੰਦੇ ਮੂਸਾ ਦੁਆਰਾ ਉਹਨਾਂ ਨੂੰ ਮਿਸਰ ਦੀ ਗੁਲਾਮੀ ਚੋਂ ਬਾਹਰ ਕੱਢ ਕੇ ਲੈ ਕੇ ਆਏ, ਪਰਮੇਸ਼ਰ ਉਹਨਾਂ ਨੂੰ ਹੁਕਮ ਦਿੱਤਾ, ਤੁਸੀਂ ਰੀਸ ਨਾਲ ਮੇਰੀ ਆਵਾਜ਼ ਸੁਣੋ, ਤੁਸੀਂ ਰੀਸ ਦੇ ਨਾਲ ਮੇਰੀ ਆਵਾਜ਼ ਸੁਣੋ, ਮੇਰੇ ਹੁਕਮਾਂ ਦੇ ਅਨੁਸਾਰ ਚਲੋ, ਜੋ ਮੇਰੀ ਨਜ਼ਰ 'ਚ ਭਲਾਇਆ ਉਹ ਕੰਮ ਕਰੋ, ਫਿਰ ਮੈਂ ਤੁਹਾਨੂੰ ਬਰਕਤ ਦੇਵਾਂਗਾ। ਹਾਲੇਲੂਯਾ ਹਾਲੇਲੂਯਾ। ਫਿਰ ਤੁਸੀਂ ਮੇਰੇ ਲੋਕਾਂ ਦੇ ਮੈਰਿਡ ਆ ਪਰਮੇਸ਼ਰ ਦਾ। ਹਾਲੇਲੂਯਾ ਹਾਲੇਲੂਯਾ। ਪਰਮੇਸ਼ਰ ਦੇ ਪਵਿੱਤਰ ਵਚਨ 'ਚ ਕੀ ਲਿਖਿਆ? ਕਹਿੰਦੇ ਇਸਰਾਇਲੀਆ ਨੇ ਯਹੋਵਾ ਦੇ ਅੱਗੇ ਬੁਰਾਈ ਕੀਤੀ। ਬੁਰਾਈ ਕੀਤੀ ਕੀ? ਪਾਪ, ਬੁਰਾਈ ਉਹ ਪਰਮੇਸ਼ਰ ਦੇ ਹੁਕਮ ਦੇ ਵਿਰੁੱਧ ਚੱਲਣਾ, ਪਰਮੇਸ਼ਰ ਦੇ ਵਚਨ ਦੇ ਉਲਟ ਚੱਲਣਾ।
ਕਹਿੰਦੇ ਇਸਰਾਇਲੀਆਂ ਨੇ ਯਹੋਵਾ ਪਰਮੇਸ਼ਰ ਦੇ ਅੱਗੇ ਬੁਰਾਈ ਕੀਤੀ। ਹਾਂਜੀ, ਤਦ ਯਹੋਵਾ ਨੇ ਉਹਨਾਂ ਨੂੰ 7 ਵਰਿਆਂ ਤੋੜੀ। ਫਿਰ ਯਹੋਵਾ ਨੇ, ਜਦੋਂ ਇੱਕ ਇਨਸਾਨ ਪਰਮੇਸ਼ਰ ਦੇ ਅੱਗੇ ਪਾਪ ਕਰਦਾ, ਗੁਨਾਹ ਕਰਦਾ, ਬੁਰਾਈ ਕਰਦਾ, ਕਹਿੰਦੇ ਪਰਮੇਸ਼ਰ ਨੇ ਫਿਰ 7 ਸਾਲ ਲਈ ਉਹਨਾਂ ਨੂੰ ਮਿਦਿਆਨੀਆਂ ਦੇ ਹੱਥ ਵਿੱਚ ਕਰ ਦਿੱਤਾ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਇਸਰਾਇਲੀ ਲੋਕ, ਪਰਮੇਸ਼ਰ ਦੇ ਲੋਕ, ਮਿਦਿਆਨੀ ਲੋਕ ਇਸਰਾਇਲੀ ਲੋਕਾਂ ਦੇ ਦੁਸ਼ਮਣ, ਖੁਦਾ ਦੇ ਲੋਕਾਂ ਦੇ ਦੁਸ਼ਮਣ। ਜਦੋਂ ਪਰਮੇਸ਼ਰ ਦੇਖਿਆ ਕਿ ਇਸਰਾਇਲੀ ਲੋਕਾਂ ਨੇ ਖੁਦਾ ਦੇ ਨਜ਼ਰ ਚ ਪਾਪ ਕੀਤਾ, ਬੁਰਾਈ ਕੀਤੀ, ਫਿਰ ਪਰਮੇਸ਼ਰ ਨੇ 7 ਸਾਲ ਲਈ ਉਹਨਾਂ ਨੂੰ ਮਿਦਿਆਨੀਆਂ ਦੇ ਹੱਥ ਵਿੱਚ ਕਰ ਦਿੱਤਾ। ਹਾਲੇਲੂਯਾ, ਹਾਲੇਲੂਯਾ। ਉਹਨਾਂ ਦੇ ਅੰਡਰ ਕਰ ਦਿੱਤਾ ਤਾਂ ਕਿ ਉਹ ਉਹਨਾਂ ਦੇ ਉੱਤੇ ਹੈਵੀ ਹੋਣ। ਹਾਲੇਲੂਯਾ, ਹਾਲੇਲੂਯਾ। ਬਹੁਤ ਵਾਰ ਕੀ ਹੁੰਦਾ ਹੈਗਾ, ਜਦੋਂ ਮਸੀਹ ਲੋਕ ਪਾਪ ਕਰਦੇ, ਗੁਨਾਹ ਕਰਦੇ, ਬੁਰਾਈ ਕਰਦੇ ਆ, ਫਿਰ ਉਹਨਾਂ ਦੇ ਜੀਵਨ ਦੇ ਵਿੱਚ ਨਿਰਾਸ਼ਾ ਆਉਂਦੀ ਆ, ਦੁੱਖ ਆਉਂਦਾ, ਮੁਸੀਬਤ ਆਉਂਦੀ ਆ, ਕੰਮ 'ਚ ਬਰਕਤ ਨਹੀਂ ਹੁੰਦੀ ਆ। ਫਿਰ ਲੋਕਾਂ ਦੇ ਕੀ ਵਰਡ ਹੁੰਦਾ? ਸ਼ੈਤਾਨ। ਸ਼ੈਤਾਨ ਨੇ ਤਾਂ ਕੀਤਾ, ਮੇਰੇ ਭੈਣ ਦੇ ਭਰਾ, ਸ਼ੈਤਾਨ ਸਿਰਫ ਧਰਮੀ ਬੰਦੇ ਤੰਗ ਕਰਦਾ, ਦੂਜੇ ਲੋਕਾਂ ਤੰਗ ਨਹੀਂ ਕਰਦਾ। ਹਾਲੇਲੂਯਾ, ਹਾਲੇਲੂਯਾ। ਧਰਮੀ ਲੋਕ ਖੁਦਾ ਦੇ ਕੰਮ ਕਰਦੇ ਆ, ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲਦੇ ਆ, ਉਹਦੇ ਹੁਕਮਾਂ ਦੀ ਵਿਧੀਆਂ ਦੇ ਅਨੁਸਾਰ ਚੱਲਦੇ ਪਏ ਆ। ਸ਼ੈਤਾਨ ਉਹਨਾਂ ਲੋਕਾਂ ਦੇ ਮਗਰ ਪੈਂਦਾ ਤਾਂ ਜੋ ਉਹ ਖੁਦਾ ਦੇ ਅਨੁਸਾਰ ਨਾ ਚੱਲਣ, ਪਰਮੇਸ਼ਰ ਦੇ ਵਚਨ ਦੇ ਅਕੋਰਡਿੰਗ ਨਾ ਚੱਲਣ, ਉਹ ਮੇਰੇ ਅਕੋਰਡਿੰਗ ਚੱਲਣ। ਹਾਲੇਲੂਯਾ, 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 ਹਾਲੇਲੂਯਾ। ਜਿਹੜੇ ਲੋਕ ਪ੍ਰਾਰਥਨਾ ਨਹੀਂ ਕਰਦੇ, ਬਾਈਬਲ ਨਹੀਂ ਪੜ੍ਹਦੇ, ਉਹ ਸ਼ੈਤਾਨ ਦੇ ਨਾਲ ਆ, ਪਰ ਜਿਹੜੇ ਬਾਈਬਲ ਪੜ੍ਹਦੇ, ਪ੍ਰਾਰਥਨਾ ਕਰਦੇ, ਖੁਦਾ ਦੇ ਲੋਕ ਆ। ਹਾਲੇਲੂਯਾ, 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 ਹਾਲੇਲੂਯਾ। ਇਸ ਸਾਰੇ ਲੋਕ ਪਰਮੇਸ਼ਰ ਲੋਕ ਸੀਗੇ, ਜਦੋਂ ਉਹਨਾਂ ਨੇ ਖੁਦਾ ਦੀ ਨਜ਼ਰ ਦੇ ਸਾਹਮਣੇ ਪਾਪ ਕੀਤਾ, ਬੁਰਾਈ ਕੀਤੀ, ਪਰਮੇਸ਼ਰ ਦੇ ਉਲਟ ਚੱਲਣਾ ਸ਼ੁਰੂ ਕੀਤਾ, ਤੇ ਪਰਮੇਸ਼ਰ ਨੇ ਉਹਨਾਂ ਨੂੰ 7 ਸਾਲ ਲਈ ਮਿਦਿਆਨੀਆਂ ਦੇ ਹੱਥ ਫੜਾਤਾ, ਉਹਨਾਂ ਦੇ ਦੁਸ਼ਮਣਾਂ ਦੇ ਹੱਥ ਦੇ ਵਿੱਚ ਉਹਨਾਂ ਨੂੰ ਕਰ ਦਿੱਤਾ। ਹਾਂਜੀ, ਮਿਦਿਆਨੀਆਂ ਦਾ ਹੱਥ ਇਸਰਾਇਲੀਆਂ ਲੋਕਾਂ ਦੇ ਉੱਤੇ ਕੀ ਹੋ ਗਿਆ? ਤਕੜਾ ਹੋ ਗਿਆ, ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਉੱਪਰ ਕਰ ਦਿੱਤਾ, ਇਸ ਲਈ ਉਹ ਤਕੜੇ ਹੋ ਗਏ। ਉਸ ਤੋਂ ਪਹਿਲਾਂ ਤਕੜੇ ਨਹੀਂ ਸੀਗੇ, ਕਿਉਂਕਿ ਪਰਮੇਸ਼ਰ ਨਾਲ ਸੀਗੇ, ਉਹ ਪਰਮੇਸ਼ਰ ਵਿੱਚ ਵਫ਼ਾਦਾਰ ਰਹੇ। ਪਰ ਜਦੋਂ ਇਹ ਪਾਪ ਕੀਤਾ, ਬੁਰਾਈ ਕੀਤੀ, ਫਿਰ ਮਿਦਿਆਨੀਆਂ ਦਾ ਹੱਥ ਉਹਨਾਂ ਲੋਕਾਂ ਦੇ ਉੱਪਰ ਜ਼ਿਆਦਾ ਮਜ਼ਬੂਤ ਵਾਲਾ ਹੋ ਗਿਆ। ਹਾਲੇਲੂਯਾ, 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 ਹਾਲੇਲੂਯਾ। ਹਾਂਜੀ, ਅਤੇ ਮਿਦਿਆਨੀਆਂ ਦੇ ਕਾਰਨ, ਇਸਰਾਇਲੀਆਂ ਨੇ ਆਪਣੇ ਲਈ ਪਹਾੜਾਂ ਵਿੱਚ ਕੁਰੇ ਅਤੇ ਗੁਫਾ ਹਰ ਕੋਟ ਬਣਾਏ। ਜਦੋਂ ਉਹਨਾਂ ਲੋਕਾਂ ਨੇ ਉਹਨਾਂ ਇਸਰਾਇਲੀਆਂ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ ਮਿਦਿਆਨੀਆਂ ਦੇ ਕਾਰਨ, ਫਿਰ ਉਹ ਲੋਕ ਨੱਠ ਗਏ, ਉਹ ਲੋਕ ਪਹਾੜਾਂ 'ਚ ਨੱਠ ਗਏ, ਪਹਾੜਾਂ 'ਚ ਨੱਠ ਕੇ ਪਹਾੜਾਂ 'ਚ ਉਹਨਾਂ ਗੁਫਾ ਬਣਾਉਣੀਆਂ, ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਹਾਂਜੀ, ਅਤੇ ਅਜਿਹਾ ਹੁੰਦਾ ਸੀ, ਅਜਿਹਾ ਹੁੰਦਾ ਸੀ ਮਿਦਿਆਨੀ ਅਮਾਲੇਕੀ ਤੇ ਪੂਰਬੀ ਲੋਕ ਉਹਨਾਂ ਉੱਤੇ ਚੜ ਆਉਂਦੇ ਸੀਗੇ। ਹਾਲੇਲੂਯਾ, ਹਾਲੇਲੂਯਾ। ਮੇਰੇ ਭੈਣ ਦੇ ਭਰਾ, ਜਦ ਤੱਕ ਸਾਡਾ ਖੁਦਾ ਦੇ ਨਾਲ ਰਿਲੇਸ਼ਨ ਵਧੀਆ ਨਹੀਂ ਆ, ਅਸੀਂ ਬਰਕਤ ਨਹੀਂ ਲੈ ਸਕਦੇ। ਅਗਰ ਸਾਡਾ ਖੁਦਾ ਨਾਲ ਰਿਲੇਸ਼ਨ ਬਹੁਤ ਵਧੀਆ, ਰਿਲੇਸ਼ਨ ਵਧੀਆ ਮੀਨਸ ਅਸੀਂ ਪ੍ਰਾਰਥਨਾ ਕਰਨ ਵਾਲੇ ਹਾਂ, ਪਵਿੱਤਰ ਬਾਈਬਲ ਪੜ੍ਹਨ ਵਾਲੇ ਹਾਂ, ਸੰਗੀਤ ਚ ਸੰਗਤੀ ਵਿੱਚ ਆਉਣ ਵਾਲੇ ਹਾਂ, ਫਾਸਟਿੰਗ ਕਰਨ ਵਾਲੇ ਹਾਂ, ਫਿਰ ਸਾਡਾ ਰਿਲੇਸ਼ਨ ਪਰਮੇਸ਼ਰ ਬਹੁਤ ਵਧੀਆ। ਹਾਲੇਲੂਯਾ, 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 ਹਾਲੇਲੂਯਾ। ਫਿਰ ਅਸੀਂ ਉਹਦੇ ਲੋਕ ਆ, ਉਹ ਸਾਡਾ ਪਰਮੇਸ਼ਰ ਆ। ਆਮੇਨ, ਆਮੇਨ, ਹਾਲੇਲੂਯਾ, ਹਾਲੇਲੂਯਾ। ਜਦੋਂ ਉਹ ਲੋਕ ਇਸਰਾਇਲੀ ਲੋਕ ਕੁਝ ਬੀਜਦੇ ਸੀਗੇ ਆਪਣੇ ਖਾਣ ਵਾਸਤੇ, ਪਰ ਮਿਦਿਆਨੀ ਲੋਕ, ਅਮਾਲੇਕੀ ਲੋਕ, ਪੂਰਬੀ ਲੋਕ ਉਹਨਾਂ ਉੱਪਰ ਚੜ ਆਉਂਦੇ ਸੀਗੇ। ਹਾਂਜੀ, ਅਤੇ ਉਹਨਾਂ ਦੇ ਸਾਹਮਣੇ ਤੰਬੂ ਲਾ ਕੇ ਪੈਰੀਆਂ ਦਾ ਫਲ, ਉਹਨਾਂ ਦੇ ਸਾਹਮਣੇ ਇਸਰਾਇਲੀਆਂ ਲੋਕਾਂ ਸਾਹਮਣੇ ਤੰਬੂ ਲਾ ਕੇ ਉਹਨਾਂ ਦੇ ਅਨਾਜ ਦਾ ਪਹਿਲਾ ਫਲ, ਜਦੋਂ ਜ਼ਮੀਨ 'ਚ ਖੇਤੀਬਾੜੀ ਕਰਦੇ ਸੀਗੇ, ਜਦੋਂ ਪਹਿਲਾ ਫਲ ਹੁੰਦਾ ਸੀਗਾ। ਹਾਂਜੀ, ਕਿਉਂ ਹੋਇਆ? ਪਰਮੇਸ਼ਰ ਨੇ ਕਿਹਾ। ਹਾਲੇਲੂਯਾ, ਪਰਮੇਸ਼ਰ ਨੇ ਮਿਦਿਆਨੀਆਂ ਨੂੰ ਉਹਨਾਂ ਦੇ ਉੱਪਰ ਕਰ ਦਿੱਤਾ, ਕਿਉਂਕਿ ਇਸਰਾਇਲੀ ਲੋਕਾਂ ਨੇ ਪਰਮੇਸ਼ਰ ਸਨਮੁਖ ਕੀ ਕੀਤੀ? ਬੁਰਾਈ ਕੀਤੀ, ਪਾਪ ਕੀਤਾ, ਪਰਮੇਸ਼ਰ ਦੇ ਹੁਕਮ ਦੇ ਉਲੰਘਣਾ ਕੀਤੀ, ਪਰਮੇਸ਼ਰ ਦੇ ਵਿਰੁੱਧ ਚੱਲੇ, ਪਰਮੇਸ਼ਰ ਨੇ ਉਹਨਾਂ ਦੁਸ਼ਮਣ ਨੂੰ ਉਹਨਾਂ ਦੇ ਉੱਪਰ ਕਰ ਦਿੱਤਾ, ਔਰ 7 ਸਾਲ ਦੇ ਕਰ ਦਿੱਤਾ, 7 ਸਾਲ ਉਹਨਾਂ ਦੇ ਅੰਡਰ ਰਹੇ। ਉਹ ਮਿਦਿਆਨੀ ਲੋਕ ਕੀ ਕਰਦੇ ਸੀਗੇ? ਦੁਖੀ ਕਰਦੇ ਸੀ, ਉਹਨਾਂ ਨੂੰ ਪਰੇਸ਼ਾਨ ਕਰਦੇ ਸੀਗੇ, ਔਰ ਜੋ ਵੀ ਅਨਾਜ ਬੀਜਦੇ ਸੀਗੇ, ਉਹ ਅਨਾਜ ਪੈਦਾ ਹੋਣ ਤੋਂ ਪਹਿਲਾਂ ਹੀ ਉਹ ਮਿਦਿਆਨੀ ਲੋਕ ਉਹਨਾਂ ਦਾ ਨਾਸ਼ ਕਰ ਦਿੰਦੇ ਸੀਗੇ। ਹਾਲੇਲੂਯਾ, 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 ਹਾਲੇਲੂਯਾ। ਜੀ, ਅਤੇ ਇਸਰਾਇਲ ਦੇ ਵਿੱਚ ਆਹਾਰ ਨਹੀਂ ਰਹਿਣ ਦਿੰਦੇ ਸਨ, ਇਸਰਾਇਲ ਦੇ ਵਿੱਚ ਕੋਈ ਕਾਰੋਬਾਰ ਨਹੀਂ ਰਹਿਣ ਦਿੰਦੇ ਸੀਗੇ, ਅਗਰ ਉਹ ਕੋਈ ਵੀ ਕੰਮ ਵੀ ਕਰਦੇ ਸੀਗੇ, ਔਰ ਉਹ ਵੀ ਉਹ ਰਹਿਣ ਨਹੀਂ ਦਿੰਦੇ ਸੀਗੇ। ਹਾਲੇਲੂਯਾ, ਹਾਲੇਲੂਯਾ। ਇਸਰਾਇਲ ਲੋਕ ਬਹੁਤ ਦੁਖੀ ਕਰਦੇ ਸੀਗੇ, ਸਿਰਫ ਪਰਮੇਸ਼ਰ ਦੇ ਅਕੋਰਡਿੰਗ,
परमेश्वर ने क्या सिखाया कि मैं तुहानू तुसी मेरे सन्मुख पाप कीता मेरे सन्मुख की बुराई कीती आ मैं तुहानू 7 साल लई नीतियां ने हथ विच दिनां ओह तुहाडे उत्ते राज करनगे और इसे तरह जो वो कुछ पीते थे और नाश कर देते थे और इस तरह ही लोग जो काम करना शुरू करते थे तो वो भी आके नाश कर देते थे। हालेलुया। हाँ जी। ना पेड़ ना बल्द ना खोता, ना पेड़ ना बल्द ना खोता। उस टाइम एक काम से पेड़ बल्द खोते ना लोग कारोबार करते थे, खेती बाड़ी करते थे और काम करते थे पर वो कुछ भी रहन नहीं दिते सी क्योंकि परमेश्वर के प्रति सारे लोगों ने पाप किया और मिद्यानियों को परमेश्वर ने उन्होंने ऊपर कर दिता, उन्होंने सब कुछ उन्होंने नाश कर दिता। हालेलुया। हालेलुया। हां जी। यो जो अपने डंगर आते अपने तंबू सने कहते अपने डंगर ते अपने तंबू सने टिटी दे जाल वांग टिटी दे जाल में इतने सारे परमेश्वर ने चाहिया नहीं तो होया क्योंकि परमेश्वर च वफादार नहीं पाप किया इसराइलियों ने यहोवा दे की बुराई की परमेश्वर दे हुकम दी उलंघना करना चर्च विच आना स्वर्ग नहीं जा सकते अगर तुम चर्च विच आ रहे हुक्म दी पालना करदे हो बहुत बढ़िया। हालेलुया। 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 फिर तुसी परमेश्वर लोग आ ओदा परमेश्वर आ आमीन आमीन। हालेलुया। हालेलुया। फिर ओ साडा परमेश्वर आ फिर असे दे लोग आ अगर असे दे वचन दे अनुसार चलदे पे आ। हां जी अगे पढ़ांगे परमेश्वर पवित्र वचन तो मिद्यानियां दे कारण इजराइली आत्मनिर्धन हो गए इन्हे मिद्यानियां दे कारण इसराइली लोग बहुत कमजोर हो गए ना उन्होंने कोल कारोबार रहा ना उन्होंने कोई खान रहा वो हमेशा आकर दुखी करते थे परेशान करते थे फिर उन्होंने कारण इसराइली लोग की हो गए बहुत कमजोर हो गए बहुत निराश हो गए कमजोर हो गए बहुत दुखी हो गए। हाँ जी। पूर्वी लोग परमेश्वर के दुहाई दी खुदा साढ़े गुनाह माफ कर जो असि पाप किए बुराई की पापा क्षमा कर इसराइलियों ने मिद्यानियों के कारण यहोवा दे के दुहाई दी यहोवा दे के प्रार्थना की कि परमेश्वर सानू तो आजाद कर परमेश्वर दुखी कर दिया सानू सताउंदे पे आ परमेश्वर क्यों आखदा आ मैं तानू मिस्र दी गुलामी तो उतार लेके आया परमेश्वर कहते मेरे लोग गुलामी ना करन मेरे लोग पाप दे विच ना रहन मेरे लोग गरीब ना रहन मेरे लोग शांति आनंद दे विच रहन आमीन आमीन। हालेलुया। हालेलुया। परमेश्वर ने क्या कहते मैं तानू मिस्र तो उतार उठाया मैं तानू मिस्र दी गुलामी चो बाहर कढ के लेके आया। हां जी। परमेश्वर चाहते कि गुलाम रहिए परमेश्वर नहीं चाहते लोग दुखी रहन गुलामी च रहन गरीबी च रहन पाप च रहन शराब च रहन परमेश्वर चाहते लोग आजादी च रहन आमीन आमीन। हालेलुया। 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 परमेश्वर कहते मैं तुहानू उस गुलामी चो बाहर कढ के लेके आया परमेश्वर कितना प्यार करता अपने लोगों को कहते मैं तो उन्होंने लोगों को बाहर कढ के लेके आया जेड़े तुम दुख दिंदे सी मिस्री लोग तुम दुख दिंदे सी होर लोग तुम दुख दिंदे सी बट मैं तो उन्होंने बाहर कढ के लेके आया। हाँ जी।
ਮੈਂ ਛੁਡਾਇਆ ਮੈਂ ਤੁਹਾਨੂੰ ਛੁਡਾਇਆ ਅਤੇ ਤੁਹਾਡੇ ਅੱਗੇ ਉਹਨਾਂ ਨੂੰ ਕੱਢ ਦਿੱਤਾ ਇਹਦਾ ਮੈਂ ਤੁਹਾਡੇ ਅੱਗੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਹਾਲੇਲੂਯਾ ਪਰਮੇਸ਼ਰ ਨੇ ਮਿਸਰੀਆਂ ਲੋਕਾਂ ਨੂੰ ਉਹਨਾਂ ਦੇ ਅੱਗੇ ਬਾਹਰ ਕੱਢ ਦਿੱਤਾ ਤਾਂ ਜੋ ਕਿ ਉਹਦੇ ਲੋਕ ਉਹਦੀ ਮਹਿਮਾ ਤੇ ਉਹਦੀ ਅਰਾਧਨਾ ਕਰਨ ਹਾਲੇਲੂਯਾ ਹਾਲੇਲੂਯਾ ਉਹਦੇ ਲੋਕ ਰੀਸ ਨਾਲ ਉਹਦੀ ਆਵਾਜ਼ ਸੁਣਨ ਉਹਦੇ ਹੁਕਮਾਂ ਉਹਦੀ ਵਿਧੀਆਂ ਦੇ ਅਨੁਸਾਰ ਚੱਲਣ ਫਿਰ ਉਹ ਸਾਡਾ ਪਰਮੇਸ਼ਰ ਫਿਰ ਅਸੀਂ ਉਹਦੇ ਲੋਕ ਆ ਹਾਲੇਲੂਯਾ 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 ਆਮਦਨ ਆ ਇਨਕਮ ਆ ਬਿਲਡਿੰਗ ਜੋ ਵੀ ਆ ਸਭ ਦਾ ਵੀ ਵਾਸਤੇ ਆ ਆਮੀਨ ਆਮੀਨ ਹਾਲੇਲੂਯਾ ਹਾਲੇਲੂਯਾ ਕਿ ਪਾਪੀ ਬਹੁਤ ਥੋੜੇ ਸਮੇਂ ਲਈ ਆ ਧਰਮੀ ਲੋਕ ਟਾਈਮ ਲਈ ਆ ਹਾਲੇਲੂਯਾ ਹਾਲੇਲੂਯਾ ਜੋ ਪਾਪੀ ਜੋ ਵੀ ਆ ਜੋ ਪਾਪੀ ਦੇ ਕੋਲ ਪੈਸਾ ਹੈ ਤਾਂ ਨਾ ਉਸੇ ਧਰਮੀ ਵਾਸਤੇ ਆ ਹਾਲੇਲੂਯਾ ਹਾਲੇਲੂਯਾ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਜੋ ਉਹਨਾਂ ਦੇ ਅਤਿਆਚਾਰ ਕਰਦੇ ਸੀਗੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਫਿਰ ਉਹਦੇ ਜਗ੍ਹਾ ਤੇ ਆਪਣੇ ਲੋਕਾਂ ਦਿੱਤੇ ਆਮੀਨ ਆਮੀਨ ਹਾਲੇਲੂਯਾ ਹਾਲੇਲੂਯਾ ਹਾਂਜੀ ਅਤੇ ਮੈਂ ਤੁਹਾਨੂੰ ਆਖਿਆ ਯਹੋਵਾ ਤੁਹਾਡਾ ਪਰਮੇਸ਼ਰ ਮੈਂ ਹਾਂ ਕਹਿੰਦੇ ਮੈਂ ਤੁਹਾਨੂੰ ਆਖਿਆ ਯਹੋਵਾ ਪਰਮੇਸ਼ਰ ਤੁਹਾਡਾ ਮੈਂ ਹਾਂ ਤੋ ਤੁਸੀਂ ਅਮੋਰੀਆ ਦੇ ਜੋਤਿਆਂ ਕੋਲੋਂ ਤੁਸੀਂ ਅਮੋਰੀਆ ਦੇ ਜੋਤਿਆਂ ਕੋਲੋਂ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ ਨਾ ਡਰੋ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ ਨਾ ਡਰੋ ਪਰਮੇਸ਼ਰ ਨੇ ਕਿਹਾ ਤੁਸੀਂ ਇਸ ਦੇਸ਼ ਵਿੱਚ ਮੈਂ ਤੁਹਾਨੂੰ ਰੱਖ ਰਿਹਾ ਪਰ ਤੁਸੀਂ ਇਹਨਾਂ ਦੇ ਜੋਤਿਆਂ ਤੋਂ ਨਹੀਂ ਡਰਨਾ ਹਾਂਜੀ ਪਰ ਤੁਸੀਂ ਮੇਰੇ ਵਚਨ ਦੇ ਸ਼ਰੋਤੇ ਨਾ ਬਣੇ ਪਰ ਤੁਸੀਂ ਮੇਰੇ ਵਚਨ ਤੇ ਖਲੋਤੇ ਨਹੀਂ ਰਹੇ ਹਾਲੇਲੂਯਾ 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 ਬਾਰ ਬਾਰ ਇਨਸਾਨ ਪਾਪ ਕਰਦਾ ਇਸ ਲਈ ਲੋਕ ਬਾਰ ਬਾਰ ਦੇਖਦੇ ਸੀ ਖੜਦੇ ਸੀ ਦੇਖਦੇ ਸੀ ਖੜਦੇ ਸੀਗੇ ਪਰਮੇਸ਼ਰ ਫਿਰ ਉਹਨਾਂ ਨੂੰ ਮੌਕਾ ਦਿੰਦਾ ਸੀਗਾ ਪਰਮੇਸ਼ਰ ਫਿਰ ਉਹਨਾਂ ਨੂੰ ਮੌਕਾ ਦਿੰਦਾ ਸੀਗਾ ਜਦੋਂ ਆਮ ਵਿਦਿਆਨੀ ਲੋਕ ਪਰਮੇਸ਼ਰ ਨੂੰ ਉੱਪਰ ਕੀਤੇ ਫਿਰ ਉਹਨਾਂ ਨੇ ਪਰਮੇਸ਼ਰ ਦੀ ਦੁਆਈ ਦਿੱਤੀ ਤੇ ਪਰਮੇਸ਼ਰ ਦੇ ਬੰਦੇ ਨਵੀਂ ਭੇਜਿਆ ਤੇ ਪਰਮੇਸ਼ਰ ਦੱਸਿਆ ਉਹਨਾਂ ਨੂੰ ਕਿ ਮੈਂ ਤੁਹਾਨੂੰ ਗੁਲਾਮੀ ਦੇ ਕਾੜੀ ਕੇ ਲੈ ਕੇ ਆਇਆ ਮੈਂ ਤਾਂ ਦੁੱਖਾਂ ਤੋਂ ਬਾਹਰ ਕੱਢਿਆ ਤੁਸੀਂ ਮੇਰੇ ਲੋਕ ਆ ਮੈਂ ਤੁਹਾਨੂੰ ਪਿਆਰ ਕਰਦਾ ਤੁਸੀਂ ਮੈਨੂੰ ਪਿਆਰ ਕਰੋ ਤੁਸੀਂ ਮੇਰੇ ਹੁਕਮਾਂ ਦੀ ਤੇ ਅਨੁਸਾਰ ਚੱਲੋ ਪਰ ਬਾਈਬਲ ਚ ਵੀ ਲਿਖਿਆ ਕਿ ਤੇ ਉਹਨਾਂ ਨੇ ਉਹਦੇ ਹੁਕਮ ਦੀ ਉਲੰਘਣਾ ਕੀਤੀ ਫਿਰ ਵੀ ਉਹਨਾਂ ਨੇ ਪਰਮੇਸ਼ਰ ਨੂੰ ਪਿਆਰ ਨਹੀਂ ਕੀਤਾ ਹਾਲੇਲੂਯਾ 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 ਪਰਮੇਸ਼ਰ ਨੂੰ ਪਿਆਰ ਉਹ ਜਨ ਕਰਦਾ ਜੋ ਉਹਦੇ ਹੁਕਮਾਂ ਦੇ ਅਨੁਸਾਰ ਚੱਲਦਾ ਉਹਦੇ ਬੱਚੇ ਦੇ ਕੋਲ ਹੀ ਚੱਲਦਾ ਉਹਦੀ ਮਹਿਮਾ ਉਹਦੀ ਆਰਾਧਨਾ ਕਰਦਾ ਉਹ ਪਰਮੇਸ਼ਰ ਨੂੰ ਪਿਆਰ ਕਰਦਾ ਉਹੀ ਪਰਮੇਸ਼ਰ ਲੋਕ ਆ ਤਾਂ ਉਹੀ ਪਰਮੇਸ਼ਰ ਉਹਨਾਂ ਦਾ ਹੈ ਆਮੀਨ ਆਮੀਨ ਹਾਲੇਲੂਯਾ 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 ਸੋ ਇਸ ਆਪਣੇ ਕੁਰਬਾਨ ਕਰੀਏ